ਸਿੱਖਿਆ ਦੇ ਖੇਤਰ ਵਿੱਚ ਆਪਣੇ ਅਲੱਗ ਹੀ ਪਹਿਚਾਨ ਬਣਾ ਚੁੱਕਿਆ ਹੈ। ਅਬੋਹਰ ਦਾ ਗੋਪੀ ਚੰਦ ਆਰਿਆ ਮਹਿਲਾ ਕਾਲਜ। ਡੀਏਵੀ ਮੈਨੇਜਿੰਗ ਕਮੇਟੀ ਦੇ ਤਹਿਤ ਚੱਲਣ ਵਾਲੇ ਇਸ ਕਾਲਜ ਵਿੱਚ ਜਿੱਥੇ ਲੜਕੀਆਂ ਨੂੰ ਸ਼ਿਕਸ਼ਾ ਦਿੱਤੀ ਜਾਂਦੀ ਹੈ, ਉੱਥੇ ਹੀ ਦੂਰ ਦੁਰਾਡੇ ਇਲਾਕੇ ਤੋਂ ਪੜ੍ਹਾਈ ਕਰਨ ਲਈ ਆਈਆਂ ਲੜਕੀਆਂ ਲਈ ਹੋਸਟਲ ਦੀ ਵੀ ਬਹੁਤ ਅੱਛੀ ਸੁਵਿਧਾ ਹੈ। ਕਾਲਜ ਵੱਲੋਂ ਵਿਦਿਆਰਥਣਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਆਓ ਗੱਲ ਕਰਦੇ ਹਾਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨਾਲ। ਗੋਪੀ ਚੰਦ ਆਰਿਆ ਮਹਿਲਾ ਕਾਲਜ ਕੀ ਸਥਾਪਨਾ 1972 ਮੇਂ ਹੋਈ ਥੀ ਔਰ ਯਹਾਂ ਪੇ ਲੜਕੀਓਂ ਕੋ ਮਿਊਜ਼ਿਕ, ਫਾਈਨ ਆਰਟਸ, ਹੋਮ ਸਾਇੰਸ, ਐਨ ਸੀ ਸੀ, ਐਨ ਐਸ ਐਸ, ਪੀ ਜੀ ਕਲਾਸਿਸ, ਬੀ ਕੌਮ, ਐੱਮ ਕੌਮ, ਬੀ ਸੀ ਏ, ਪੀ ਜੀ ਡੀ ਸੀ ਏ ਔਰ ਸਾਥ ਹੀ ਸਾਥ ਇੱਕ ਬਹੁਤ ਹੀ ਅੱਛਾ ਹੋਸਟਲ ਹੈ ਹਮਾਰਾ। ਯਹਾਂ ਪੇ ਲੜਕੀਆਂ ਬਾਹਰ ਕਿਸੇ ਆ ਕਰਕੇ ਰਹਿ ਵੀ ਸਕਤੀ ਹੈ ਔਰ ਯਹਾਂ ਪੇ ਉਨਕੋ ਘਰ ਜੈਸਾ ਇਨਵਾਇਰਮੈਂਟ ਦਿਆ ਜਾਤਾ ਹੈ। ਅਭੀ ਹਾਲ ਹੀ ਮੇਂ ਮੈਨੇ 21 ਸਪਤੰਬਰ ਕੋ ਜੁਆਇਨ ਕੀਆ ਥਾ 2017 ਮੇਂ, ਤੋ ਉਸਕੇ ਬਾਅਦ ਹਮਾਰੇ ਕਾਲਜ ਕੀ ਲੜਕੀਓਂ ਨੇ ਅਲੱਗ ਅਲੱਗ ਯੂਨੀਵਰਸਿਟੀ ਕੇ ਇਗਜ਼ਾਮਸ ਮੇਂ 29 ਪੋਜੀਸ਼ਨਸ ਹਾਸਿਲ ਕਰੀ ਹੈ, ਜੋ ਕਿ ਇੱਕ ਇਸ ਇਲਾਕੇ ਕੇ ਲੀਏ, ਵਸਮੂ ਪੰਜਾਬ ਕੇ ਲੀਏ ਮਾਣ ਕੀ ਬਾਤ ਹੈ। ਔਰ ਹਮਾਰਾ ਜੋ ਕਾਲਜ ਹੈ ਉਸਕਾ ਰੈਂਕ 57th ਆਇਆ ਹੈ, ਜੋ ਕਿ ਇੰਡੀਆ ਟੂਡੇ ਮੈਗਜ਼ੀਨ ਕਾ ਆਲ ਇੰਡੀਆ ਲੈਵਲ ਕਾ ਸਰਵੇ ਹੁਆ ਥਾ। ਉਸ ਸਰਵੇ ਮੇਂ 57th ਰੈਂਕ ਆਨਾ ਹੀ ਆਪਣੇ ਆਪ ਮੇਂ ਇੱਕ ਮਾਣ ਕੀ ਬਾਤ ਹੈ। ਹਮਾਰੇ ਬੱਚੇ ਐਨ ਸੀ ਸੀ, ਯੋਗਾ ਔਰ ਅਨਿਆ ਕਹੀਂ ਵੀ ਜੈਸੇ ਯੂਥ ਫੈਸਟੀਵਲ ਹੈ, ਜ਼ੋਨਲ ਯੂਥ ਫੈਸਟੀਵਲ ਹੈ, ਅਗਰ ਜਾਤੇ ਹੈ ਤੋ ਵਹਾਂ ਸੇ ਗੋਲਡ ਮੈਡਲਸ। ਅਭੀ ਹਾਲ ਹੀ ਮੇਂ ਜੈਸੇ ਐਨ ਸੀ ਸੀ ਕਾ ਕੈਂਪ ਉੱਤਰਾਖੰਡ ਮੇਂ ਲਗਾ ਥਾ, ਤੋ ਵਹਾਂ ਪੇ ਹਮਾਰੇ 3 ਗੋਲਡ ਮੈਡਲ ਔਰ ਯੋਗਾ ਕੀ ਨੈਸ਼ਨਲ ਲੈਵਲ ਕੀ ਟਰਾਫੀ ਹਮਾਰੇ ਕਾਲਜ ਕੋ ਮਿਲੀ ਹੈ। ਯੇ ਕਾਲਜ ਡੀ ਏ ਵੀ ਮੈਨੇਜਿੰਗ ਕਮੇਟੀ ਕੇ ਅੰਡਰ ਹੈ, ਜਿਸੇ ਸੇਠ ਗੋਪੀ ਚੰਦ ਜੀ ਕੇ ਨਾਮ ਸੇ ਤਿਆਰ ਕਰਵਾਇਆ ਗਿਆ ਔਰ ਐਂਡੀ ਗਰੋਵਰ ਜੀ ਨੇ ਯਹਾਂ ਪੇ ਇਸ ਇਲਾਕੇ ਮੇਂ ਸਿਕਸ਼ਾ ਕੇ ਪ੍ਰਚਾਰ ਔਰ ਪ੍ਰਸਾਰ ਕੇ ਲੀਏ ਇਸ ਕਾਲਜ ਕਾ ਵਿਸ਼ੇਸ਼ ਕਰਕੇ ਲੜਕੀਓਂ ਕੇ ਲੀਏ ਇਸ ਕਾਲਜ ਕੀ ਸਥਾਪਨਾ ਕੀ ਔਰ ਯਹਾਂ ਪੇ ਬਹੁਤ ਦੂਰ ਦੂਰ ਸੇ ਲੜਕੀਆਂ, ਜੈਸੇ ਕਿ ਹਮ ਸੋਚ ਵੀ ਨਹੀਂ ਸਕਤੇ ਥੇ, ਹਰਿਆਣਾ, ਦਿੱਲੀ, ਰਾਜਸਥਾਨ, ਵਹਾਂ ਸੇ ਲੜਕੀਆਂ ਆ ਕਰਕੇ ਹੋਸਟਲ ਮੇਂ ਰਹਿ ਕਰਕੇ ਐਜੂਕੇਸ਼ਨ ਪ੍ਰਾਪਤ ਕਰਕੇ ਜਾ ਚੁੱਕੀ ਹੈ ਔਰ ਸਮਾਜ ਉਥਾਨ ਮੇਂ ਇਹ ਕਾਫੀ ਆਗੇ ਆ ਰਹੀ ਹੈ। ਜੈਸੇ ਇਹ ਪਿਓਰਲੀ ਗਰਲਸ ਕਾਲਜ ਥਾ ਔਰ 1972 ਕਾ ਅਗਰ ਹਮ ਇਨਵਾਇਰਮੈਂਟ ਦੇਖੇ ਤੋ ਉਸ ਇਨਵਾਇਰਮੈਂਟ ਮੇਂ ਲੜਕੀਓਂ ਕੋ ਐਜੂਕੇਸ਼ਨ ਦੇਣਾ ਇੱਕ ਮਾਨਾ ਜਾਤਾ ਥਾ ਕਿ ਲੜਕੀਓਂ ਕੋ ਬਾਹਰ ਜਾਣੇ ਕੀ ਜ਼ਰੂਰਤ ਹੀ ਨਹੀਂ ਹੈ, ਅਗਰ ਬਾਹਰ ਗਈ ਤੋ ਉਨਕੇ ਜੀਵਨ ਵਿਅਰਥ ਹੈ। ਸੋ ਉਸ ਸਮੇਂ ਮੇਂ ਇਸ ਕਾਲਜ ਕੋ ਸ਼ੁਰੂ ਕਰਨਾ ਜਾਂ ਉਸਕੀ ਸਥਾਪਨਾ ਕਰਨਾ ਇੱਕ ਆਪਣੇ ਆਪ ਮੇਂ ਮੀਲ ਕਾ ਪੱਥਰ ਥਾ ਔਰ ਇਹ ਸਾਬਿਤ ਵੀ ਹੁਆ। ਆਜ ਇਸ ਇਲਾਕੇ ਮੇਂ ਸਾਰੀ ਲੜਕੀਓਂ ਕੇ ਜਿਤਨੇ ਵੀ ਕਾਲਜਸ ਹੈ ਉਨਮੇ ਅਗਰ ਦੇਖਾ ਜਾਏ ਤੋ ਗੋਪੀ ਚੰਦ ਆਰਿਆ ਮਹਿਲਾ ਕਾਲਜ ਨੰਬਰ 1 ਪੇ ਹੈ। ਬੱਚੇ ਮੇਰੇ ਪਾਸ ਆਤੇ ਹੈ ਤੋ ਬੜੇ ਆਰਾਮ ਸੇ ਪ੍ਰਾਊਡ ਕੇ ਸਾਥ ਕਹਤੇ ਕਿ ਮੈਡਮ ਹਮਨੇ ਤੋ ਘਰ ਵਾਲੋਂ ਕੇ ਸਾਥ ਜ਼ਿੱਦ ਇਸ ਕਰਕੇ ਇਸ ਕਾਲਜ ਮੇਂ ਐਡਮਿਸ਼ਨ ਲਿਆ ਕਿ ਇਤਨਾ ਇਸ ਕਾਲਜ ਕਾ ਮਾਨ ਔਰ ਨਾਮ ਹੋ ਚੁੱਕਾ ਹੈ। ਫੀਸ ਸਟਰਕਚਰ ਯੂਨੀਵਰਸਿਟੀ ਕੇ ਅਕੋਰਡਿੰਗਲੀ ਹੈ, ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸੇ ਅਫੀਲੀਏਟਿਡ ਹੋਣੇ ਕੇ ਕਾਰਨ ਫੀਸ ਵਹੀ ਸੇ ਡਿਸਾਈਡ ਹੋ ਕਰਕੇ ਆਤੀ ਹੈ। ਹਾਂ ਯਹਾਂ ਪੇ ਬੱਚੋਂ ਕੋ ਪ੍ਰੋਬਲਮਸ ਆਤੀ ਹੈ, ਵੋ ਫੀਸ ਨਹੀਂ ਦੇ ਸਕਤੇ, ਜ਼ਿਆਦਾਤਰ ਬੱਚੇ ਹਮਾਰੇ ਪੂਅਰ ਕਲਾਸਿਸ ਸੇ ਹੈ ਔਰ ਜਾਂ ਫਿਰ ਬਹੁਤ ਸਮਾਲ ਹੋਲਡਿੰਗ ਕੇ ਕਿਸਾਨ ਹੈ, ਤੋ ਉਸ ਸਮੇਂ ਵੋ ਜਬ ਫੀਸ ਨਹੀਂ ਦੇ ਪਾਤੇ ਤੋ ਹਮਨੇ ਉਨਕੇ ਲੀਏ ਕਈ ਸਕਾਲਰਸ਼ਿਪ ਸ਼ੁਰੂ ਕਰਵਾਏ ਹੋਏ ਹੈ, ਜੋ ਮੈਰਿਟ ਸਕਾਲਰਸ਼ਿਪ ਵੀ ਹੈ, ਯੂਨੀਵਰਸਿਟੀ ਕੀ ਔਰ ਸੇ ਵੀ ਮਿਲਤੇ ਹੈ, ਬਲਕਿ ਹਮਾਰੀ ਯਹਾਂ ਪੇ ਡੋਨਰਸ ਹੈ ਜਿਨਮੇਂ ਸੇ ਸੰਗੀਤ ਕੇ ਲੀਏ ਸੰਗੀਤ ਵਾਦਨ ਪੁਰਸਕਾਰ, ਕ੍ਰਿਸ਼ਨ ਸੇਨ ਫੰਡ ਕੇ ਨਾਮ ਸੇ ਇੱਕ ਫੰਡ ਚਲਤਾ ਹੈ ਔਰ ਪੂਅਰ ਸਟੂਡੈਂਟਸ ਕੇ ਲੀਏ ਸ਼ਸ਼ੀ ਅਹੂਜਾ ਮੈਮੋਰੀਅਲ ਫੰਡ ਵੀ ਚਲਤਾ ਹੈ। ਤੋ ਇਸ ਤਰ੍ਹਾਂ ਸੇ 3-4 ਅਵਾਰਡਸ ਹੋਂ ਔਰ ਯਹਾਂ ਇਲਾਕੇ ਕੇ ਲੋਕ ਜੋ ਕਿ ਡੋਨੇਸ਼ਨਸ ਦੇਤੇ ਵੀ ਹੈ
और वो कई बार बच्चों को अडॉप्ट कर लेते हैं, कुछ लड़कियां हमारी उन्होंने अडॉप्ट करी हुई है, तो इस तरह से मिल मिला के हमारा काम चल जाता है। तो बच्चों को यूनिवर्सिटी फ़ी और फ़ी बर्डन नहीं लगती, ना ही लगने दिया जाता। इसी बात है कि अगर हम समाज को आगे ले जाना चाहते हैं तो भारत में 50% पॉपुलेशन जो है वो औरतों की है, जो लड़कियों की है। अगर भारत में वाकई ही तरक्की करनी है तो इन्हें हर पेरेंट को ये अपनी ड्यूटी बनाना पड़ेगा कि वो किसी भी तरह से अपने बच्चों को पढ़ाएं, क्योंकि यहाँ पे बाहर निकलेंगे तो वो एम्पावरमेंट, वो खुद की ही एम्पावरमेंट नहीं करती बल्कि पूरे घर की, फिर उसके बाद मोहल्ले की, फिर उसके बाद समाज की, फिर उसके बाद डिस्ट्रिक्ट की, फिर स्टेट की और भारत की। स्टेप वाइज वो किसी ना किसी तरीके से आगे ले जाने में सहायक होती हैं। तो मेरा तो यही संदेश है कि लड़कियों को पढ़ाया जाना बहुत ज़्यादा ज़रूरी है। भारत में बहुत सारी कुप्रथाएँ हैं, इन कुप्रथाओं को अगर दूर करना है, जड़ से उखाड़ना है, तो लड़कियों को पढ़ाए जाना बहुत ज़रूरी है। और जब लड़कियों को पढ़ाए जाने के लिए अगर कोई बाधा बन सकता है तो वो है पेरेंट्स। अगर पेरेंट्स चाहें तो बड़े आराम से अपने बच्चों को पढ़ा सकते हैं लड़कियों को, और बहुत सारे पेरेंट्स अब बच्चों को पढ़ा भी रहे हैं। वो बहुत बुरे हालात में होते हैं, आर्थिक उनकी आर्थिक जो सिचुएशन है वो इतनी सही नहीं होती, लेकिन वो किसी भी तरीके से चाहते हैं कि अगर हमने चेंज होना है, अगर हमने बदलाव लाना है तो हमें लड़कियों को पढ़ाना पड़ेगा। अगर वो पेरेंट्स लड़कियों को पढ़ा करके बदलाव लाना चाहते हैं तो क्यों नहीं बाकी सभी पेरेंट्स जो कि रूढ़िवादिता में फंसे हुए हैं वो ओपन होकर के लड़कियों को क्यों नहीं पढ़ाते। तो उन्हें लड़कियों को पढ़ाना चाहिए, आगे लाना चाहिए और उन्हें मोरल वैल्यूज़ ज़रूर देनी चाहिए। ਬੀਤੇ ਦਿਨੀ ਅਬੋਹਰ ਦੇ ਗੋਪੀ ਚੰਦ ਆਰਿਆ ਮਹਿਲਾ ਕਾਲਜ ਵਿੱਚ NSS ਯੂਨਿਟ ਵੱਲੋਂ ਚਲਾਏ ਗਏ ਗੋ ਗ੍ਰੀਨ ਅਭਿਆਨ ਤਹਿਤ ਪੌਦਾ ਰੋਪਣ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਚੌਧਰੀ ਸੰਦੀਪ ਜਾਖੜ ਨੇ ਆਪਣੇ ਕਰ ਕਮਲਾਂ ਨਾਲ ਕਾਲਜ ਦੇ ਵਿਹੜੇ ਵਿੱਚ ਰੁੱਖ ਲਗਾ ਕੇ ਇਸ ਅਭਿਆਨ ਵਿੱਚ ਲੱਗੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਦੇਵ ਮਿੱਤਰ ਆਹੂਜਾ ਅਤੇ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਵੀ ਮੌਜੂਦ ਸਨ। इस तो बाद श्री जाखड़ ने कॉलेज वालों लगाई गई 7 दिनी आर्ट एंड क्राफ्ट प्रदर्शनी का उद्घाटन किया। कॉलेज पहुंचने ते चेयरमैन अते प्रबंधक कमेटी वालों श्री जाखड़ का निघा स्वागत किया गया। इस मौके श्री संदीप जाखड़ ने विद्यार्थियों वालों वातावरण की सांभ संभाल लई किते जा रहे उपरालों की शलाघा करदिआं उन्हां दे उज्जवल भविख लई शुभकामनावां दित्तियां। प्रिंसीपल डॉक्टर रेखा सूद हांडा ने आए मेहमानों का स्वागत करते हुए समूह सहयोगियों का धन्यवाद किया। इस मौके समाज सेवी श्री विमल ठठई, मैंबर पार्लीमेंट अते कांग्रेस दे सूबा प्रधान चौधरी सुनील जाखड़ दे OSD श्री रजिंदर सुथार, मोहन गुदारा अते राघव नांगपाल समेत नगर दे पतवंते सज्जन मौजूद सन।